ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਇਸ ਵੇਲੇ ਗਰਮੀ ਦਾ ਕਹਿਰ ਹੈ। ਤਾਪਮਾਨ ਦੀ ਗੱਲਬਾਤ ਕਰੀਏ ਤਾਂ ਤਾਪਮਾਨ ਇਸ ਵੇਲੇ 47 ਤੋਂ 48 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ਤੇ ਦੂਸਰੇ ਹੀ ਪਾਸੇ ਇਸ ਵੇਲੇ ਲਗਾਤਾਰ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ। ਇਸ ਕਰਕੇ ਜਿੱਥੇ ਇੱਕ ਪਾਸੇ ਪੂਰਨ ਤੌਰ 'ਤੇ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਬਿਜਲੀ ਜਿਹੜੀ ਹੈ ਇਸ ਗਰਮੀ ਦੇ ਮੌਸਮ ਦੇ ਵਿੱਚ ਪੂਰਨ ਤੌਰ 'ਤੇ ਮੁਹੱਈਆ ਕਰਵਾਈ ਜਾਵੇ, ਪਰ ਦੂਸਰੇ ਹੀ ਪਾਸੇ ਇਸ ਵੇਲੇ ਬਿਜਲੀ ਵਿਭਾਗ ਜਿਹੜਾ ਹੈ ਕਾਫੀ ਜ਼ਿਆਦਾ ਦੁਵਿਧਾ ਦੇ ਵਿੱਚ ਹੈ ਕਿਉਂਕਿ ਲਗਾਤਾਰ ਬਿਜਲੀ ਦੀ ਮੰਗ ਉਹ ਵੱਧਦੀ ਜਾ ਰਹੀ ਹੈ ਅਤੇ ਇਸ ਵੇਲੇ ਜੇਕਰ ਅਸੀਂ ਸ਼ਨੀਵਾਰ ਤੱਕ ਗੱਲਬਾਤ ਕਰੀਏ ਤਾਂ ਬਿਜਲੀ ਦੀ ਮੰਗ 15,424 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ ਲਗਾਤਾਰ ਹੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੰਗ ਵੱਧ ਸਕਦੀ ਹੈ। ਇਸ ਵੇਲੇ ਝੋਨੇ ਦੀ ਲੁਆਈ ਦਾ ਸੀਜ਼ਨ ਹੈ ਅਤੇ ਦੂਸਰੇ ਹੀ ਪਾਸੇ ਗਰਮੀ ਦਾ ਕਹਿਰ ਵੀ ਹੈ ਅਤੇ ਇਹ ਮੰਗ ਲਗਾਤਾਰ ਵੱਧ ਰਹੀ ਹੈ। ਉੱਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਇਹ ਮੰਗ ਜਿਹੜੀ ਹੈ 16,000 ਮੈਗਾਵਾਟ ਤੱਕ ਪਹੁੰਚ ਜਾਵੇਗੀ, ਜਿਸ ਕਾਰਨ ਜਿਹੜਾ ਹੈ ਕਾਫੀ ਜ਼ਿਆਦਾ ਵਿਭਾਗ ਵੀ ਸਮੱਸਿਆ ਦੇ ਵਿੱਚ ਹੈ ਕਿਉਂਕਿ ਲਗਾਤਾਰ ਹੀ ਮੰਗ ਵਧਣ ਦੇ ਨਾਲ ਦੂਸਰੇ ਪਾਸੇ ਰੋਪੜ ਦਾ ਜਿਹੜਾ ਇੱਕ ਥਰਮਲ ਯੂਨਿਟ ਹੈ ਉਹ ਬੰਦ ਪਿਆ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਬੋਇਲਰ ਜਿਹੜਾ ਹੈ ਅਚਾਨਕ ਹੀ ਲੀਕੇਜ ਕਰ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਉਸਨੂੰ ਠੰਡਾ ਹੋਣ ਦੇ ਲਈ 2 ਦਿਨ ਲੱਗਣਗੇ। ਇਸ ਕਾਰਨ ਵੀ ਵਿਭਾਗ ਬਹੁਤ ਜ਼ਿਆਦਾ ਮੁਸ਼ਕਿਲਾਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲਗਾਤਾਰ ਜਿਸ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਅਣਐਲਾਨੇ ਬਿਜਲੀ ਦੇ ਕੱਟ ਵੀ ਲੱਗ ਰਹੇ, ਉਸ ਕਾਰਨ ਵੀ ਕਾਫੀ ਜ਼ਿਆਦਾ ਲੋਕ ਖੱਜਲ ਖਵਾਰ ਹੋ ਰਹੇ ਨੇ। ਅਤੇ ਹੁਣ ਦੱਸ ਦਈਏ ਕਿ ਇਸ ਵੇਲੇ ਪਾਵਰਕੌਮ ਦੇ ਵੱਲੋਂ ਜਾਣਕਾਰੀ ਜੋ ਸਾਂਝੀ ਕੀਤੀ ਗਈ, ਉਹਨਾਂ ਦਾ ਕਹਿਣਾ ਹੈ ਕਿ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਬਿਜਲੀ ਦੀ ਮੰਗ 16,000 ਮੈਗਾਵਾਟ ਦੇ ਅੰਕੜੇ ਨੂੰ ਵੀ ਪਾਰ ਕਰ ਜਾਵੇਗੀ। ਜੇਕਰ ਪਿਛਲੇ ਸਾਲ ਦੀ ਗੱਲਬਾਤ ਕੀਤੀ ਜਾਵੇ ਤਾਂ 2023 ਦੇ ਵਿੱਚ ਸੂਬੇ ਦੀ ਜਿਹੜੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਹੈ ਉਹ 15,300 ਮੈਗਾਵਾਟ ਸੀ, ਪਰ ਇਸ ਵੇਲੇ ਅੰਕੜਾ ਜਿਹੜਾ ਹੈ ਉਹ 15 ਜੂਨ ਤੱਕ ਹੀ 16,000 ਮੈਗਾਵਾਟ ਤੱਕ ਪਹੁੰਚ ਗਿਆ। ਉੱਥੇ ਹੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਛੁੱਟੀ ਸ਼ਨੀਵਾਰ ਤੇ ਐਤਵਾਰ ਨੂੰ ਹੁੰਦੀ ਹੈ ਤਾਂ ਤਕਰੀਬਨ 1,000 ਮੈਗਾਵਾਟ ਤੱਕ ਦੀ ਬਿਜਲੀ ਦੀ ਬਚਤ ਹੁੰਦੀ ਹੈ, ਪਰ ਆਮ ਦਿਨਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਇਹ ਬਿਜਲੀ ਦੀ ਮੰਗ ਹੁਣ 16,000 ਮੈਗਾਵਾਟ ਨੂੰ ਪਾਰ ਕਰ ਰਹੀ ਹੈ। ਉਧਰ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਸ਼ਨੀਵਾਰ ਨੂੰ ਪਾਵਰ ਜਿਹੜਾ ਰੋਪੜ ਦਾ ਇੱਕ ਥਰਮਲ ਪਲਾਂਟ ਹੈ ਉਹ ਵੀ ਬੰਦ ਹੋ ਗਿਆ, ਜਿਸ ਦੇ ਵਿੱਚ ਅਚਾਨਕ ਲੀਕੇਜ ਆਉਣੀ ਸ਼ੁਰੂ ਹੋ ਗਈ, ਜਿਸ ਕਾਰਨ ਵੀ ਵਿਭਾਗ ਜਿਹੜਾ ਕਾਫੀ ਜ਼ਿਆਦਾ ਦੁਵਿਧਾ ਦੇ ਵਿੱਚ ਹੈ। ਇਸ ਤੋਂ ਇਲਾਵਾ ਵਿਭਾਗ ਦਾ ਕਹਿਣਾ ਹੈ ਕਿ ਇਸ ਵੇਲੇ ਰੋਪੜ ਤੋਂ ਇਲਾਵਾ ਲਹਿਰਾ ਮੁਹੱਬਤ ਗੋਬਿੰਦਵਾਲ ਸਾਹਿਬ ਤੋਂ 1,652 ਮੈਗਾਵਾਟ ਬਿਜਲੀ ਮਿਲ ਰਹੀ ਹੈ। ਉੱਥੇ ਹੀ ਸੂਬੇ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵੀ 2 ਥਰਮਲ ਪਲਾਂਟ ਨੇ, ਜਿਨ੍ਹਾਂ ਦੇ ਵਿੱਚ ਤਲਵੰਡੀ ਤਲਵੰਡੀ ਸਾਬੋ, ਜਿਸ ਤੋਂ 3,138 ਮੈਗਾਵਾਟ ਬਿਜਲੀ ਮਿਲੀ ਹੈ। ਅਜਿਹੇ ਦੇ ਵਿੱਚ ਪਾਵਰਕੌਮ ਦਾ ਕਹਿਣਾ ਹੈ ਕਿ ਸਾਨੂੰ ਕੇਂਦਰੀ ਪੂਲ ਤੋਂ ਵੀ ਮਿਲਣ ਵਾਲੀ ਬਿਜਲੀ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਉੱਥੇ ਹੀ ਸ਼ਨੀਵਾਰ ਨੂੰ ਪਾਵਰਕੌਮ ਨੇ ਕੇਂਦਰੀ ਪੂਲ ਤੋਂ 9,452 ਮੈਗਾਵਾਟ ਬਿਜਲੀ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਮੌਜੂਦਾ ਇਸ ਸਮੇਂ ਦੇ ਵਿੱਚ ਇਸ ਵੇਲੇ ਜਿਹੜੇ ਝੋਨੇ ਦੀ ਜਿਹੜੀ ਹੈ ਲਵਾਈ ਵੀ ਹੋ ਰਹੀ ਹੈ, ਇਸ ਕਰਕੇ ਵੀ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਉੱਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਇਸ ਵੇਲੇ ਬਿਜਲੀ ਦੀ ਮੰਗ ਦੇ ਵਿੱਚ 25% ਜਿਹੜਾ ਹੈ ਉਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਜਿਹੜਾ ਰੋਪੜ ਦੇ ਵਿੱਚ ਥਰਮਲ ਪਲਾਂਟ ਹੈ ਉਹ ਅਚਾਨਕ ਹੀ ਸ਼ਨੀਵਾਰ ਸਵੇਰੇ 6:30 ਬੰਦ ਹੋ ਗਿਆ, ਜਿਸ ਤੋਂ 210 ਮੈਗਾਵਾਟ ਬਿਜਲੀ ਜਿਹੜੀ ਹੈ ਉਹ ਮਿਲਦੀ ਸੀ, ਪਰ ਅਚਾਨਕ ਇਸ ਦਾ ਬੰਦ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਇਸਦੇ
ਬੋਇਲਰ ਦੇ ਵਿੱਚ ਲੀਕੇਜ ਆਣੀ ਸ਼ੁਰੂ ਹੋ ਗਈ। ਵਿਭਾਗ ਦਾ ਕਹਿਣਾ ਹੈ ਕਿ ਇਸ ਨੂੰ ਠੰਡਾ ਹੋਣ ਵਾਸਤੇ 2 ਦਿਨ ਦਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਹੀ ਇਸ ਦੀ ਮੁਰੰਮਤ ਕਰਕੇ ਇਸ ਨੂੰ ਦੁਬਾਰਾ ਤੋਂ ਚਾਲੂ ਕੀਤਾ ਜਾਵੇਗਾ। ਉੱਥੇ ਹੀ ਦੂਸਰੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਇਸ ਬੋਇਲਰ ਨੂੰ ਸਹੀ ਕਰਕੇ ਦੁਬਾਰਾ ਤੋਂ ਇਸ ਤੋਂ ਬਿਜਲੀ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾ ਸਕੇ। ਉੱਧਰ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ 2 ਤਾਂ ਜਿਸ ਤੋਂ 33.5 ਮੈਗਾਵਾਟ ਬਿਜਲੀ ਜਿਹੜੀ ਹੈ ਪ੍ਰਾਪਤ ਕੀਤੀ ਜਾਂਦੀ ਹੈ ਉਹ ਵੀ ਪਹਿਲਾਂ ਖਰਾਬ ਹੋ ਚੁੱਕਿਆ ਸੀ, ਸ਼ਨੀਵਾਰ ਨੂੰ ਹੀ ਉਸਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ। ਇਸ ਵੇਲੇ ਲਗਾਤਾਰ ਹੀ ਜਿਸ ਤਰੀਕੇ ਦੇ ਨਾਲ ਬਿਜਲੀ ਦੀ ਮੰਗ ਵੱਧ ਰਹੀ ਹੈ ਉੱਥੇ ਹੀ ਹਾਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਹੈ ਕਿ ਬਿਜਲੀ ਦੀ ਦਰਾਂ ਦੇ ਵਿੱਚ ਵਾਧਾ ਕੀਤਾ ਜਾਵੇ, ਜਿਸ ਦੇ ਕਾਰਨ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਹੈ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਸ ਬਾਬਤ ਘੇਰਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਅਚਾਨਕ ਬਾਅਦ ਹੀ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਜੇਕਰ ਘਰੇਲੂ ਦਰ ਦੀ ਗੱਲਬਾਤ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਤਕਰੀਬਨ 10 ਤੋਂ 12 ਪੈਸੇ ਵਾਧਾ ਕੀਤਾ ਗਿਆ। ਜੇਕਰ ਉਦਯੋਗਿਕ ਬਿਜਲੀ ਦੀ ਗੱਲਬਾਤ ਕੀਤੀ ਜਾਵੇ ਤਾਂ ਸਰਕਾਰ ਨੇ 15 ਪੈਸੇ ਇਸ ਦੇ ਵਿੱਚ ਵਾਧਾ ਕਰ ਦਿੱਤਾ ਹੈ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਇਹ ਫੈਸਲਾ ਲੈਣਾ ਸੀ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਇਹ ਸਰਕਾਰ ਫੈਸਲਾ ਲੈਂਦੀ ਤਾਂ ਜਿੰਨੇ ਲੋਕ ਸਭਾ ਦੇ ਵਿੱਚ 3 ਸੀਟਾਂ ਸਰਕਾਰ ਨੂੰ ਮਿਲੀਆਂ ਇਹ ਸ਼ਾਇਦ ਉਹ ਵੀ ਨਾ ਮਿਲਦੀ। ਤਾਂ ਲਗਾਤਾਰ ਹੀ ਜਿੱਥੇ ਇੱਕ ਪਾਸੇ ਲੋਕ ਗਰਮੀ ਦੇ ਕਹਿਰ ਤੋਂ ਬਚ ਨਹੀਂ ਪਾ ਰਹੇ, ਦੂਸਰੇ ਹੀ ਪਾਸੇ ਬਿਜਲੀ ਦੀ ਮੰਗ ਵੀ ਕਾਫੀ ਜ਼ਿਆਦਾ ਵੱਧ ਰਹੀ ਹੈ। ਜੇਕਰ ਪਿਛਲੇ ਸਾਲ ਦੀ ਗੱਲਬਾਤ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਸੀ, ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਗਿਆ ਸੀ, ਸਕੂਲ ਜਿਹੜੇ ਨੇ ਉਹ 7:15 ਤੇ ਇਸ ਤਰ੍ਹਾਂ ਹੀ ਸਰਕਾਰੀ ਦਫ਼ਤਰਾਂ ਨੂੰ ਵੀ 7:15 ਵਜੇ ਖੋਲ੍ਹਣਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਬਿਜਲੀ ਦੀ ਬੱਚਤ ਹੋਈ ਸੀ। ਕਈ ਥਾਵਾਂ ਦੇ ਉੱਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਵੀ ਹੋਈ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਾਫੀ ਜ਼ਿਆਦਾ ਬਿਜਲੀ ਵਿਭਾਗ ਨੂੰ ਰਾਹਤ ਮਿਲੀ ਸੀ। ਦੂਸਰੇ ਪਾਸੇ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਪੂਰਨ ਤੌਰ ਤੇ ਜਿਹੜੀ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰਨ ਤੌਰ ਤੇ ਬਿਜਲੀ ਦੀ ਸਪਲਾਈ ਜਿਹੜੀ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਦਿੱਤੀ ਜਾ ਸਕੇ। ਪਰ ਕਈ ਥਾਵਾਂ ਤੇ ਅਜਿਹੀ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਕਈ ਥਾਵਾਂ ਦੇ ਉੱਤੇ ਅਣ ਐਲਾਨੇ ਬਿਜਲੀ ਦੇ ਕੱਟ ਲੱਗ ਰਹੇ ਨੇ, ਜਿਸ ਕਾਰਨ ਲੋਕ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਹੈ ਪੂਰਨ ਤਿਆਰੀ ਜਿਹੜੀ ਹੈ ਪਹਿਲਾਂ ਹੀ ਕੀਤੀ ਹੋਈ ਸੀ, ਪਰ ਕਈ ਥਾਵਾਂ ਦੇ ਉੱਤੇ ਇਹ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਗਰਮੀ ਦਿਨ ਪ੍ਰਤੀਦਿਨ ਵੱਧ ਰਹੀ ਹੈ ਉਸੇ ਹੀ ਗਰਮੀ ਦੇ ਕਾਰਨ ਕਈ ਥਾਵਾਂ ਦੇ ਉੱਤੇ ਜਿਹੜੀਆਂ ਤਾਰਾਂ ਤੱਕ ਵੀ ਉਹ ਟੁੱਟ ਜਾਂਦੀਆਂ ਨੇ, ਜਿਸ ਕਾਰਨ 2-3 ਦਿਨ ਤੱਕ ਜਿਹੜੀ ਹੈ ਉਹ ਬਿਜਲੀ ਨਹੀਂ ਆ ਪਾਉਂਦੀ ਹੈ। ਇਸ ਤੋਂ ਇਲਾਵਾ ਤਕਰੀਬਨ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਿਕਾਇਤਾਂ ਪਾਵਰਕੌਮ ਤੱਕ ਪਹੁੰਚਦੀ ਹੈ। ਪਾਵਰਕੌਮ ਦੇ ਵਿੱਚ ਤਕਨੀਕੀ ਸਟਾਫ ਦੀ ਵੀ ਕਮੀ ਹੈ। ਹਾਲਾਂਕਿ ਜਦੋਂ ਲੋਕ ਸਭਾ ਚੋਣਾਂ ਸੀ ਉਸ ਦੌਰਾਨ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲ ਖਵਾਰੀ ਹੋਣੀ ਪਈ ਹੈ, ਕਿਉਂਕਿ ਕਈ ਸਟਾਫ ਦੀ ਜਿਹੜੀ ਡਿਊਟੀ ਹੈ ਉਹ ਲੋਕ ਸਭਾ ਚੋਣਾਂ ਦੇ ਵਿੱਚ ਲੱਗੀ ਹੋਈ ਸੀ ਤੇ ਉਸ ਕਾਰਨ ਵੀ ਲੋਕ ਕਾਫੀ ਜ਼ਿਆਦਾ ਖੱਜਲ ਖਵਾਰ ਹੋਏ ਸੀ। ਤੇ ਹੁਣ ਦੱਸ ਦਈਏ ਕਿ 16,000 ਮੈਗਾਵਾਟ ਤੱਕ ਜਿਹੜੀ ਬਿਜਲੀ ਦੀ ਮੰਗ ਹੈ ਉਹ ਪਹੁੰਚ ਚੁੱਕੀ ਹੈ, ਜਿਸ ਕਾਰਨ ਵਿਭਾਗ ਵੀ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਹੈ। ਲਗਾਤਾਰ ਜਿਸ ਤਰੀਕੇ ਦੇ ਨਾਲ ਝੋਨੇ ਦੀ ਇਸ ਵੇਲੇ ਲਵਾਈ ਦਾ ਸੀਜ਼ਨ ਹੈ ਉਸ ਕਾਰਨ ਵੀ ਬਿਜਲੀ ਦੀ ਮੰਗ ਵੱਧ ਰਹੀ ਹੈ। ਤੇ ਹੁਣ ਦੇਖਣਾ ਹੋਵੇਗਾ, ਵਿਭਾਗ ਦਾ ਤਾਂ ਕਹਿਣਾ ਹੈ ਕਿ ਅਸੀਂ ਪੂਰਨ ਤੌਰ ਤੋਂ ਬਿਜਲੀ ਦੀ ਸਪਲਾਈ ਜਿਹੜੀ ਹੈ ਕੋਸ਼ਿਸ਼ ਕਰ ਰਿਹਾ ਦੇਣ ਦੇ ਲਈ, ਪਰ ਉੱਥੇ ਹੀ ਕਈ ਥਾਵਾਂ ਦੇ ਉੱਤੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਕਿ 2-3 ਦਿਨ ਤੱਕ ਬਿਜਲੀ ਨਹੀਂ ਆਉਂਦੀ, ਕਈ ਥਾਵਾਂ ਦੇ ਉੱਤੇ ਅਣ ਐਲਾਨੇ ਬਿਜਲੀ ਦੇ ਕੱਟ ਲੱਗ ਰਹੇ ਨੇ। ਪਰ ਗੱਲ ਇਹ ਹੈ ਕਿ ਲਗਾਤਾਰ ਬਿਜਲੀ ਦੀ ਮੰਗ ਤੇ ਦੂਸਰੇ ਹੀ ਪਾਸੇ ਜਿਹੜੇ ਹੈ ਸਰਕਾਰ ਦੇ ਵੀ ਪਸੀਨੇ ਛੁੱਟ ਰਹੇ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ
ਤੇ ਕਈ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਜਿੱਥੇ ਪਹਿਲਾਂ 1 ਮੀਟਰ ਸੀ ਮੀਟਰਾਂ ਦੀ ਗਿਣਤੀ ਵਧਾ ਦਿੱਤੀ ਗਈ ਤਾਂ ਜੋ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਹ ਲੈ ਸਕਣ। ਇਸ ਕਾਰਨ ਵੀ ਜਿਹੜੀ ਹੈ ਬਿਜਲੀ ਦੀ ਮੰਗ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ। ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ। ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ।